ਕਬੱਡੀ 'ਚ ਕੁਛ ਜਿਹੜੇ ਗੈਂਗਸਟਰ ਆ ਉਹ ਆਪਣੀ ਕਬੱਡੀ ਨੂੰ ਚਲਾਉਣ ਲੱਗ ਪਏ ਅੱਗੇ ਹੋ ਕੇ। ਜਿੱਦਾਂ ਅਸੀਂ ਖੇਤੀ ਕਾਨੂੰਨਾਂ ਦੀ ਲੜਾਈ ਲੜੀ ਆ ਮੋਦੀ ਦੀ ਅਸੀਂ ਤੋੜ 'ਚ ਗਏ, ਇੱਥੇ ਅਸੀਂ ਸੰਦੀਪ ਦੇ ਕਾਤਲਾਂ ਨੂੰ ਅੰਦਰ ਕਰਾ ਕੇ ਔਰ ਲੋਕਾਂ ਦੀ ਸੱਤ ਦੇ ਵਿੱਚ ਨੰਗਾ ਕਰਾਂਗੇ। ਅੱਜ ਇਹ ਵੱਡੀ ਜਿਹੜੀ ਮਾੜੀ ਘਟਨਾ ਹੋਈ ਆ ਇਹਦਾ ਜ਼ਿੰਮੇਵਾਰ ਸਿਵਲ ਤਾਂ ਜਿਹੜਾ ਪ੍ਰਸ਼ਾਸਨ ਆ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਆ। ਐਡਾ ਤਕੜਾ ਬੱਬਰ ਸ਼ੇਰ ਪਲੇਅਰ ਮਾਰ ਛੱਡਿਆ ਤਾਂ ਕਬੱਡੀ ਦੇ ਪਲੇਅਰਾਂ ਨੇ ਆਟੋਮੈਟਿਕ ਡਰਨਾ, ਦੇਖਣ ਵਾਲਿਆਂ ਨੇ ਡਰਨਾ ਡਰਨਾ, ਖੇਡਣ ਵਾਲਿਆਂ ਨੇ ਡਰਨਾ, ਕਬੱਡੀ ਦਾ ਸਾਡੀ ਦਾ ਖਾਤਮਾ ਹੋ ਜਾਊਗਾ। ਕਿ ਕਬੱਡੀ ਵਾਲੇ ਜਿਹੜੇ ਨੌਜਵਾਨ ਆ ਉਹ ਵੀ ਆਪਣੀ ਮਰਜ਼ੀ ਨਾਲ ਖੇਡ ਨਹੀਂ ਸਕਦੇ, ਮਰਜ਼ੀ ਨਾਲ ਕਿਤੇ ਜਾ ਨਹੀਂ ਸਕਦੇ, ਇਸ ਤਰ੍ਹਾਂ ਹੀ ਦਹਿਸ਼ਤ ਫੈਲ ਗਈ ਹੈ ਜੀ ਉਹਦੇ ਵਿੱਚ ਜੀ। ਇਹਨਾਂ ਸਰਕਾਰਾਂ ਦੇ ਇਹਨਾਂ ਰਾਜਸੀ ਪਾਰਟੀਆਂ ਦੇ ਖਰੀਦੇ ਉਹ ਬੰਦੇ ਆ ਜਿਹੜੀ ਸਾਡੇ ਸੰਦੀਪ ਦਾ ਕਤਲ ਕੀਤਾ। ਸਭ ਤੋਂ ਵੱਡੀ ਤਾਂ ਮੁੱਖ ਮੰਗ ਇਹ ਆ ਵੀ ਜਿਹੜੇ ਸੰਦੀਪ ਦੇ ਕਾਤਲ ਆ ਉਹਨਾਂ ਨੂੰ ਜਲਦ ਤੋਂ ਜਲਦ ਫੜ ਕੇ ਸਖ਼ਤ ਤੋਂ ਸਖ਼ਤ ਜਿਹੜੀ ਬਣਦੀ ਸਜ਼ਾ ਦਿੱਤੀ ਜਾਵੇ ਜੀ। ਨੰਬਰ 2 'ਤੇ ਕਬੱਡੀ ਨੂੰ ਗੈਂਗਸਟਰਾਂ ਤੋਂ ਆਜ਼ਾਦ ਕੀਤਾ ਜਾਵੇ। ਸਾਈ ਟੀ ਵੀ ਦੇ ਨਾਲ ਬਣੇ ਹੋਏ ਹੋ। ਪਿਛਲੇ ਦਿਨੀ ਨਕੋਦਰ ਤੋਂ ਇੱਕ ਬੜੀ ਮੰਦਭਾਗੀ ਖਬਰ ਆਈ ਸੀ ਕਿ ਕਬੱਡੀ ਖਿਡਾਰੀ ਸੰਦੀਪ ਨੰਗਲੰਬੀਆਂ ਦੇ ਉੱਤੇ ਕੁਝ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਹਮਲਾ ਕਰਕੇ ਗੋਲੀਬਾਰੀ ਕਰਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀਗਾ, ਜਿਸ 'ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੱਲ੍ਹ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਸੀ ਕਿ ਨਕੋਦਰ ਦੇ ਸਿਵਲ ਹੌਸਪੀਟਲ ਦੇ ਵਿੱਚ ਪਹੁੰਚ ਕੇ ਸੰਦੀਪ ਦੇ ਜਿਹੜਾ ਪੋਸਟਮਾਰਟਮ ਕਰਨਾ ਸੀ ਅੱਜ ਪ੍ਰਸ਼ਾਸਨ ਦੇ ਵੱਲੋਂ, ਉਹਦੇ ਖਿਲਾਫ ਅੱਜ ਨਕੋਦਰ ਦੇ ਵਿੱਚ ਸੰਦੀਪ ਨੰਗਲੰਬੀਆਂ ਦੇ ਪਰਿਵਾਰ ਦੇ ਵੱਲੋਂ ਅਤੇ ਦੋਸਤਾਂ ਮਿੱਤਰਾਂ ਦੇ ਵੱਲੋਂ ਅਤੇ ਪੰਜਾਬ ਦੇ ਨੌਜਵਾਨਾਂ ਦੇ ਵੱਲੋਂ ਇੱਕ ਰੋਸ ਸਰਕਾਰ ਦੇ ਪ੍ਰਤੀ ਰੋਸ ਕਰਨ ਦੇ ਲਈ ਅੱਜ ਨਕੋਦਰ ਹੌਸਪੀਟਲ ਦੇ ਵਿੱਚ ਬੜੀ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਧਰਨਾ ਲਾਇਆ ਗਿਆ। ਗੱਲ ਕਰਦੇ ਹਾਂ ਭਾਅ ਜੀ, ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਅ ਜੀ। ਭਾਅ ਜੀ ਕਿਵੇਂ ਦੇਖਦੇ ਹੋ ਜਿਹੜੀ ਇਹ ਘਟਨਾ ਵਾਪਰੀ ਆ ਪੰਜਾਬ ਦੀ, ਕੀ ਲੱਗਦਾ ਵੀ ਕਬੱਡੀ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਵਾਪਰਨ ਲੱਗ ਪਈਆਂ, ਕਿੱਦਾਂ ਦੇਖਦੇ? ਘਟਨਾਵਾਂ ਤਾਂ ਪਿਛਲੇ 2 ਸਾਲਾਂ 'ਚ ਲਗਾਤਾਰ ਛੋਟੀਆਂ ਹੁੰਦੀਆਂ ਆ ਰਹੀਆਂ ਸੀ, ਸੁਣਦੇ ਆਉਂਦੇ ਸੀ ਕਬੱਡੀ 'ਚ ਕੁਛ ਜਿਹੜੇ ਗੈਂਗਸਟਰ ਆ ਉਹ ਆਪਣੀ ਕਬੱਡੀ ਨੂੰ ਚਲਾਉਣ ਲੱਗ ਪਏ ਅੱਗੇ ਹੋ ਕੇ, ਪਰ ਆਹ ਜਿਹੜੀ ਘਟਨਾ ਹੋਈ ਆ ਇਹ ਤਾਂ ਅੰਤ ਹੋ ਗਿਆ, ਸਿਰਾ ਹੋ ਗਿਆ, ਇਸ ਤੋਂ ਪਰੇ ਆਪਾਂ ਕਹਿ ਨਹੀਂ ਸਕਦੇ ਵੀ ਪੰਜਾਬ ਲਈ ਦਰਦਨਾਕ ਘਟਨਾ ਸਭ ਤੋਂ ਜ਼ਿਆਦਾ ਇਹ ਜੀ। ਜੇ ਆਪਾਂ ਕਹੀਏ ਵੀ ਗੈਂਗਸਟਰਾਂ ਨੇ ਵੀ ਆਹ ਯਾਨੀ ਕਿ ਐਨ ਯਾਨੀ ਕਿ ਲੱਕ ਤੋੜਤਾ ਫੜ ਕੇ, ਵੀ ਯਾਨੀ ਕਹਿਣ ਦੀ ਗੱਲ ਨਹੀਂ ਰਹੀ ਕੋਈ ਵੀ, ਕੋਈ ਤਰਸ ਨਹੀਂ ਕਿਸੇ ਦਾ, ਕੋਈ ਯਾਨੀ ਕਿ ਕਬੱਡੀ ਵਾਲੇ ਜਿਹੜੇ ਨੌਜਵਾਨ ਆ ਉਹ ਵੀ ਆਪਣੀ ਮਰਜ਼ੀ ਨਾਲ ਖੇਡ ਨਹੀਂ ਸਕਦੇ, ਮਰਜ਼ੀ ਨਾਲ ਕਿਤੇ ਜਾ ਨਹੀਂ ਸਕਦੇ, ਇਸ ਤਰ੍ਹਾਂ ਹੀ ਦਹਿਸ਼ਤ ਫੈਲ ਗਈ ਹੈ ਜੀ ਉਹਦੇ ਵਿੱਚ ਜੀ। ਭਾਅ ਜੀ ਕੀ ਦੇਖਦੇ ਹਾਂ ਵੀ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਹਾਲੇ ਤੱਕ ਹੌਸਲਾ ਹੀ ਦਿੱਤਾ ਜਾ ਰਿਹਾ ਜਿਹੜੇ ਪਰਿਵਾਰਕ ਮੈਂਬਰਾਂ ਨੂੰ ਵੀ ਅਸੀਂ ਜਲਦ ਕਾਰਵਾਈ ਕਰਾਂਗੇ, ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ, ਕੋਈ ਕੇਸ ਨੂੰ ਟਰੇਸ ਨਹੀਂ ਹੋਇਆ, ਕਿਵੇਂ ਦੇਖਦੇ ਹੋ? ਜੇ ਪੁਲਿਸ ਵਾਲੇ ਚਾਹੁੰਦੇ ਤਾਂ ਬੰਦਿਆਂ ਨੂੰ ਫੜਨਾ ਉਹਨਾਂ ਦੇ ਰਾਤ ਰਾਤ ਇੱਕ ਰਾਤ ਦਾ ਕੰਮ ਸੀ ਜੇ ਚਾਹੁੰਦੇ ਤਾਂ ਉਹ, ਪਰ ਪਤਾ ਨਹੀਂ ਪੁਲਿਸ ਕਿਉਂ ਬੇਬਸ ਆ, ਕਰਨਾ ਹੀ ਚਾਹੁੰਦੀ ਆ, ਕੀ ਦਵਾ ਆ ਪਤਾ ਨਹੀਂ, ਕੀ ਸਮਝ ਨਹੀਂ ਲੱਗਦੀ ਪੁਲਿਸ ਉਹਨਾਂ ਗੈਂਗਸਟਰਾਂ ਦੇ ਦੁਆਲੇ ਕਿਉਂ ਨਹੀਂ ਹੁੰਦੀ, ਉਹਨਾਂ ਨੂੰ ਪਤਾ ਵੀ ਆ ਕਿੱਥੋਂ ਬਹਿ ਕੇ ਉਹ ਸਾਰਾ ਚਲਾਉਂਦੇ ਆ, ਸਿਸਟਮ ਚਲਾਉਂਦੇ ਆ ਜੀ, ਸਾਰਾ ਹੀ ਜਾਣਦੀ ਆ ਪੁਲਿਸ, ਪਤਾ ਨਹੀਂ ਕਾਹਤੇ ਇਹ ਚੀਜ਼ ਅਣਦੇਖਿਆ ਕਰ ਰਹੀ ਹੈ ਇਸ ਚੀਜ਼ ਨੂੰ ਜੀ। ਭਾਅ ਜੀ ਪਰਿਵਾਰ ਦੇ ਵੱਲੋਂ ਅੱਜ ਇੱਕ ਕਾਲ ਕੀਤੀ ਗਈ ਸੀਗੀ ਨਕੋਦਰ ਹੌਸਪੀਟਲ ਦੇ ਵਿੱਚ ਇਕੱਤਰਿਤ ਹੋਣ ਦੀ, ਤੁਸੀਂ ਇੱਥੇ ਪਹੁੰਚੇ ਆ, ਮੁੱਖ ਮੰਗਾਂ ਕੀ ਨੇ ਜਿਹੜੀਆਂ ਪ੍ਰਸ਼ਾਸਨ ਦੇ ਅੱਗੇ ਤੁਹਾਡੇ ਵੱਲੋਂ ਰੱਖੀਆਂ ਜਾ ਰਹੀਆਂ? ਸਭ ਤੋਂ ਵੱਡੀ ਤਾਂ ਮੁੱਖ ਮੰਗ ਇਹ ਆ ਵੀ ਜਿਹੜੇ ਸੰਦੀਪ ਦੇ ਕਾਤਲ ਆ ਉਹਨਾਂ ਨੂੰ ਜਲਦ ਤੋਂ ਜਲਦ ਫੜ ਕੇ ਸਖ਼ਤ ਤੋਂ ਸਖ਼ਤ ਜਿਹੜੀ ਬਣਦੀ ਸਜ਼ਾ ਦਿੱਤੀ ਜਾਵੇ ਜੀ। ਨੰਬਰ 2 'ਤੇ ਕਬੱਡੀ ਨੂੰ ਗੈਂਗਸਟਰਾਂ ਤੋਂ ਆਜ਼ਾਦ ਕੀਤਾ ਜਾਵੇ ਜੀ। ਅਤੇ ਭਾਅ ਜੀ ਹੁਣ ਜਿਵੇਂ ਵੀਡੀਓ ਦੇ ਵਿੱਚ ਆਪਾਂ ਸਾਰਿਆਂ ਨੇ ਸੁਣਿਆ ਕਿ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਪੋਸਟਮਾਰਟਮ ਨਹੀਂ ਹੋਣ ਦਿੱਤਾ ਜਾਊਗਾ, ਕੀ ਰਣਨੀਤੀ ਹੈ ਅਗਲੀ ਜੀ? ਅਗਲੀ ਰਣਨੀਤੀ ਇਹ ਹੀ ਆ, ਜਦ ਤੱਕ ਸਾਨੂੰ ਪ੍ਰਸ਼ਾਸਨ ਇਸ ਚੀਜ਼ ਦਾ ਯਕੀਨ ਨਹੀਂ ਦਿਵਾਉਂਦੀ ਵੀ ਉਹਨਾਂ ਨੂੰ ਕਦੋਂ ਤੱਕ ਫੜ ਲਿਆ ਜਾਊਗਾ, ਕਦੋਂ ਤੱਕ ਸਜ਼ਾ ਦਿੱਤੀ ਜਾਊਗੀ, ਉਦੋਂ ਤੱਕ ਜਿੱਦਾਂ ਪਰਿਵਾਰ ਕਹੂਗਾ ਅਸੀਂ ਨਾਲ ਚੱਲਾਂਗੇ ਉਹਨਾਂ ਦੇ ਜੀ। ਮਤਲਬ ਦੇਖਿਆ ਜਾਵੇ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਣਾ ਦਾ ਸਹੁੰ ਚੁੱਕ ਸਮਾਗਮ ਆ ਅਤੇ ਨਕੋਦਰ ਦੇ ਵਿੱਚ ਧਰਨਾ ਲੱਗਾ ਜੀ, ਕਿਵੇਂ ਦੇਖਦੇ? ਵੀ ਚਲੋ ਸਰਕਾਰਾਂ ਤਾਂ ਹਲੇ ਕੱਲ੍ਹ ਬਣੀਆਂ, ਸਰਕਾਰਾਂ ਪਹਿਲਾਂ ਤੋਂ ਹੀ ਬਣਦੀਆਂ ਆ ਰਹੀਆਂ, ਪਰ ਗੈਂਗਸਟਰ ਕਲਚਰ ਜਿਹੜਾ ਪਹਿਲਾਂ ਤੋਂ ਚੱਲਦਾ ਆ ਰਿਹਾ ਪੰਜਾਬ ਦੇ ਵਿੱਚ, ਆਪਾਂ ਕਿਸੇ ਸਰਕਾਰ ਨੂੰ ਦੋਸ਼ ਨਹੀਂ ਦਿੰਦੇ ਵੀ ਉਹ ਇੱਦਾਂ ਕਰਦੀ ਜਾਂ ਉੱਦਾਂ ਕਰਦੀ ਆ, ਇਹ ਜੋ ਵੀ ਆ ਕੋਈ ਵੀ ਸਰਕਾਰ ਆ ਜਿਹੜਾ ਬੰਦਾ ਇੱਦਾਂ ਦੀ ਸੋਚ ਰੱਖਦਾ ਆ ਗੈਂਗਸਟਰਵਾਦ ਦੀ ਉਹਨੂੰ ਸਜ਼ਾ ਦੇਣੀ ਹੈ, ਚਾਹੀਦੀ ਹੈ, ਇਹ ਪੁਲਿਸ ਦਾ ਕੰਮ ਆ ਸਭ ਤੋਂ ਪਹਿਲਾਂ, ਪੁਲਿਸ ਨੂੰ ਸਖਤੀ ਵਰਤਣੀ ਚਾਹੀਦੀ ਆ। ਹਾਂ, ਪੁਲਿਸ ਨੂੰ ਕਿਸੇ ਰਾਜਨੀਤਿਕ ਪਾਰਟੀ ਦਾ ਕੋਈ ਦਬਾਅ ਨਹੀਂ ਹੋਣਾ ਚਾਹੀਦਾ, ਨਾ ਕਿਸੇ ਦੇ ਕਹਿਣੇ 'ਤੇ ਕੰਮ ਕਰਨਾ ਚਾਹੀਦਾ, ਉਹਨਾਂ ਨੂੰ ਆਪਣੇ ਲੈਵਲ 'ਤੇ ਕੰਮ ਕਰਨਾ ਚਾਹੀਦਾ, ਜਿਹੜੇ ਕਾਨੂੰਨ ਬਣੇ ਹੋ ਉਹਦੇ ਹਿਸਾਬ ਨਾਲ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਆ। ਜਿਹੜਾ ਕਬੱਡੀ ਦੇ ਵਿੱਚ ਗੈਂਗਸਟਰਵਾਦ ਵੱਧਦਾ ਜਾ ਰਿਹਾ, ਕਿਵੇਂ ਦੇਖਦੇ ਹੋ ਵੀ ਇਹ ਜਿਹੜੇ ਆਉਣ ਵਾਲਾ ਸਮਾਂ ਆ ਕਬੱਡੀ ਦੇ ਲਈ ਕਿਹੋ ਜਿਹਾ ਹੋਊਗਾ? ਦੇਖੋ ਜੀ, ਜੇ ਆਪਾਂ ਇਹ ਗੈਂਗਸਟਰ ਦਾ ਇਹ ਚੀਜ਼ ਦਾ ਨਹੀਂ ਕੋਈ ਸੁਧਾਰ ਹੁੰਦਾ ਤਾਂ ਮਾੜਾ ਹੀ ਆ ਸਮਾਂ, ਕਿਸੇ ਨੇ ਕਬੱਡੀ ਨਹੀਂ ਖੇਡਣੀ, ਸਾਰੇ ਡਰਦੇ ਆ, ਠੀਕ, ਸਾਡੇ ਨਾਲ ਕੋਈ ਹਾਦਸਾ ਨਾ ਵਾਪਰ ਜੇ। ਹੁਣ ਬਹੁਤ ਸਾਰੇ ਪਲੇਅਰਾਂ ਦੇ ਮਨ 'ਚ ਹੈਗਾ ਵੀ ਅਸੀਂ ਕਬੱਡੀ ਨਹੀਂ ਖੇਡਣੀ, ਜਿਨ੍ਹਾਂ ਦੇ ਕੋਈ ਆਪਣੇ ਬਾਹਰ ਜੋ ਵੀ ਕਿਸੇ ਸੈੱਟ ਹੈਗੇ ਉੱਥੇ ਜਾ ਕੇ ਆਪਾਂ ਉਹਨਾਂ ਸੈੱਟ ਹੋ ਜਾਣਾ,
किसी कोई भी टूरनामेंट से डरता प्लेयर नहीं आए। ਭਾਜੀ ਗੱਲ ਕਰੀਏ ਸੰਦੀਪ ਹੁਣਾਂ ਨੂੰ, ਤੁਸੀਂ ਕਾਫੀ ਸਮੇਂ ਤੋਂ ਜਾਣਦੇ ਹੋਗੇ, ਕਿੱਦਾਂ ਦਾ ਸਫ਼ਰ ਰਿਹਾ ਉਹਨਾਂ ਦੀ ਜ਼ਿੰਦਗੀ ਦਾ ਇਸ ਮੁਕਾਮ ਤੱਕ ਪਹੁੰਚਣ ਦੇ ਲਈ? ਬਹੁਤ ਵਧੀਆ ਇਨਸਾਨ ਸੀ, ਹਰ ਇੱਕ ਦੀ ਮਦਦ ਕਰਦੇ ਸੀ, ਕਬੱਡੀ ਦੇ ਵਿੱਚ ਸੁਧਾਰ ਲੈ ਕੇ ਆਉਣਾ ਚਾਹੁੰਦੇ ਸੀ, ਡਰੱਗ ਨੂੰ ਖਤਮ ਕਰਨਾ ਚਾਹੁੰਦੇ ਸੀ। ਉਹਨਾਂ ਨੇ ਆਪਣੀ ਜਿਹੜੀ ਇੱਕ ਮੇਜਰ ਲੀਗ ਤੁਹਾਨੂੰ ਪਤਾ ਫੈਡਰੇਸ਼ਨ ਵੀ ਬਣਾਈ ਆ, ਉਹ ਇਸ ਚੀਜ਼ ਵਾਸਤੇ ਬਣਾਈ ਆ ਤਾਂ ਕਿ ਜਿਹੜੀ ਆਉਣ ਵਾਲੀ ਨੌਜਵਾਨ ਪੀੜ੍ਹੀ ਆ ਨਸ਼ਿਆਂ ਤੋਂ ਬਚ ਸਕੇ। ਬਹੁਤ ਵਧੀਆ ਇਨਸਾਨ ਸੀ, ਹਰ ਇੱਕ ਦੀ ਹੈਲਪ ਕਰਦੇ ਸੀ। ਉਹ ਜਿਸ ਦਿਨ ਉਹਨਾਂ ਦੀ ਡੈਥ ਹੁੰਦੀ ਆ ਅਸੀਂ ਵੀ ਉੱਥੇ ਸੀਗੇ, ਸਾਡਾ ਮੈਚ ਸੀਗਾ ਤੋਤਾ ਸਿੰਘ ਵਾਲਾ ਟੀਮ ਅਤੇ ਇਹਨਾਂ ਦਾ ਸ਼ਾਹਕੋਟ ਦਾ ਸਾਡਾ ਆਪਸ ਵਿੱਚ ਮੈਚ ਸੀਗਾ। ਬਹੁਤ ਵਧੀਆ ਇਨਸਾਨ ਸੀ। ਭਾਅ ਜੀ ਹੁਣ ਅਸੀਂ ਜਿਹੜੇ ਕਬੱਡੀ ਦੇ ਵੱਡੇ ਖਿਡਾਰੀ ਵੀ ਇੱਥੇ ਪਹੁੰਚੇ, ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਉਹ ਸਾਡੇ ਨਾਲ ਗੱਲਬਾਤ ਨਹੀਂ ਕਰ ਰਹੇ। ਕਿਵੇਂ ਦੇਖਦੇ ਹੋ ਵੀ ਇਹ ਮਾਹੌਲ ਇੱਦਾਂ ਦਾ ਕਿਉਂ ਕ੍ਰੀਏਟ ਹੋ ਗਿਆ ਪੰਜਾਬ ਦੇ ਵਿੱਚ? ਦੇਖੋ ਜੀ, ਇਹਦੇ ਬਾਰੇ ਆਪਾਂ ਕੀ ਕਹਿ ਸਕਦੇ ਹਾਂ, ਦੁਖੀ ਉਹਨਾਂ ਨੂੰ ਇੰਨਾ ਜ਼ਿਆਦਾ ਵੀ ਬੋਲਿਆ ਨਹੀਂ ਜਾ ਰਿਹਾ। ਆਪਾਂ ਕਹਿ ਸਕਦੇ ਡਰ ਦਾ ਮਾਹੌਲ ਬਣ ਗਿਆ ਪੂਰੇ ਪੰਜਾਬ ਦੇ ਵਿੱਚ ਜਿਹੜਾ ਸੰਦੀਪ ਦੇ ਨਾਲ ਹੋਇਆ ਜੀ? ਕੁਛ ਵੀ ਕਹਿ ਸਕਦੇ ਹਾਂ, ਦੁੱਖ ਵੀ ਆ, ਡਰ ਵੀ ਆ, ਸਾਰਾ ਕੁਛ। ਭਾਅ ਜੀ ਹੁਣ ਤੁਸੀਂ ਇੱਥੇ ਧਰਨੇ 'ਤੇ ਬੈਠੇ ਆ, ਕੀ ਮੰਗਾਂ ਨੂੰ ਲੈ ਕੇ ਬੈਠੇ ਆ, ਵੀ ਇੱਥੇ ਕੀ ਪ੍ਰਸ਼ਾਸਨ ਨੂੰ ਮੰਗ ਕਰਦੇ ਆ? ਮੰਗਾਂ ਸਾਡੀਆਂ ਇਹੀ ਆ ਵੀ ਅਸੀਂ ਚਾਹੁੰਦੇ ਹਾਂ ਵੀ ਇਨਸਾਫ ਮਿਲੇ ਜੀ, ਵੀ ਜਿਹੜਾ ਉਹਨਾਂ ਦੇ ਜਿਹੜੇ ਕਾਤਲ ਆ ਉਹਨਾਂ ਨੂੰ ਸਜ਼ਾ ਮਿਲੇ ਜੀ, ਇਹੀ ਸਾਡੀ ਮੰਗ। ਕਿਵੇਂ ਦੇਖਦੇ ਹੋ ਜੀ ਜਿਹੜਾ ਇਹ ਕਬੱਡੀ ਖਿਡਾਰੀ ਦੇ ਨਾਲ ਘਟਨਾ ਵਾਪਰੀ ਆ ਜੀ, ਤੇ ਪੰਜਾਬ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਕਬੱਡੀ ਖਿਡਾਰੀਆਂ ਦੇ ਨਾਲ ਆਮ ਹੁੰਦੀਆਂ ਜਾ ਰਹੀਆਂ ਹੈ, ਕੀ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਬੱਡੀ ਖੇਡ ਦਾ ਕੀ ਬਣੂਗਾ ਜੀ ਪੰਜਾਬ? ਕਬੱਡੀ ਦਾ ਤਾਂ ਜੀ ਦੇਖੋ, ਪੰਜਾਬ ਜਦੋਂ ਐਡਾ ਤਕੜਾ ਬੱਬਰ ਸ਼ੇਰ ਪਲੇਅਰ ਮਾਰ ਛੱਡਿਆ ਤਾਂ ਕਬੱਡੀ ਦੇ ਪਲੇਅਰਾਂ ਨੇ ਆਟੋਮੈਟਿਕ ਡਰਨਾ, ਦੇਖਣ ਵਾਲਿਆਂ ਨੇ ਡਰਨਾ ਡਰਨਾ, ਖੇਡਣ ਵਾਲੇ ਡਰਨਾ, ਕਬੱਡੀ ਦਾ ਸਾਡੀ ਦਾ ਖਾਤਮਾ ਹੋ ਜੂਗਾ ਜੇ ਇਸ ਪਲੇਅਰ ਦਾ ਕੋਈ ਮੁੱਲ ਨਾ ਪਿਆ ਜਾਂ ਉਹਨਾਂ ਬੰਦਿਆਂ ਦੇ ਉੱਤੇ ਕੋਈ ਐਕਸ਼ਨ ਨਾ ਲਿਆ ਗਿਆ, ਸਾਡੇ ਪਲੇਅਰਾਂ ਦਾ ਮਤਲਬ ਇਹ ਕਬੱਡੀ ਦਾ ਖਾਤਮਾ ਹੋ ਜੂਗਾ। ਸਰ ਜਿਹੜੀ ਇਹ ਘਟਨਾ ਵਾਪਰੀ ਆ, ਕਿਵੇਂ ਦੇਖਦੇ ਹੋ ਵੀ ਇਹ ਕੋਈ ਨਿੱਜੀ ਰੰਜਿਸ਼ ਕਰਕੇ ਹੋਈ ਜਾਂ ਕੋਈ ਇਹਦਾ ਗੈਂਗਸਟਰਵਾਦ ਦੇ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ, ਕਿਵੇਂ ਦੇਖ? ਇਹਦੇ ਬਾਰੇ ਵੀ ਮੈਂ ਕੁਛ ਕਹਿ ਨਹੀਂ ਸਕਦਾ ਅਤੇ ਨਾ ਮੈਂ ਇਸ ਮੇਲੇ ਦੇ ਆਇਆ ਹੀ ਹਾਂ, ਇਹਦੇ ਬਾਰੇ ਹੁਣ ਮੰਨ ਲਓ ਪਰਮਾਤਮਾ ਨੂੰ ਪਤਾ ਜਾਂ ਮੰਨ ਲਓ ਕਲੱਬਾਂ ਨੂੰ ਪਤਾ। ਹਾਂਜੀ ਸਰ, ਗੱਲ ਕਰੀਏ ਅੱਜ ਤੁਸੀਂ ਨਕੋਦਰ ਦੇ ਹੋਸਪਿਟਲ ਦੇ ਵਿੱਚ ਬੈਠੇ ਹੋ, ਕੀ ਮੁੱਖ ਮੰਗਾਂ ਨੂੰ ਲੈ ਕੇ ਬੈਠੇ ਹੋ, ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ? ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਵੀ ਜਿਹੜੇ ਬੰਦਿਆਂ ਦੇ ਸੰਦੀਪ ਨੰਗਲੰਬੀਆਂ ਦੇ ਗੋਲੀਆਂ ਮਾਰੀਆਂ ਉਹਨਾਂ ਨੂੰ ਮਤਲਬ ਗ੍ਰਿਫਤਾਰ ਕੀਤਾ ਜਾਵੇ, ਉਹ ਜਿਹੜੀ ਕਾਰਵਾਈ ਬਣਦੀ ਆ ਉਹ ਕਾਰਵਾਈ ਕੀਤੀ ਜਾਵੇ, ਫਿਰ ਅਸੀਂ ਇਹਦਾ ਪੋਸਟਮਾਰਟਮ ਕਰਾਵਾਂਗੇ। ਉਨੀ ਦੇਰ ਲਈ ਸਰ ਇੱਥੇ ਮਤਲਬ ਨਕੋਦਰ ਹੋਸਪਿਟਲ ਦੇ ਵਿੱਚ ਧਰਨਾ ਜਾਰੀ ਰਹੂਗਾ? ਜਾਰੀ ਰਹੂਗਾ ਜੀ। ਹਾਂਜੀ, ਜਿਹੜਾ ਇਹ ਹੋਇਆ ਪੰਜਾਬ ਦੇ ਵਿੱਚ, ਸਾਡਾ ਨੌਜਵਾਨ ਜਿੱਥੇ ਸਾਡਾ ਦਬਾਬੇ ਦਾ ਮਾਣ ਸੀ ਉੱਥੇ ਪੰਜਾਬ ਦਾ ਮਾਣ ਸੀ, ਉੱਥੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਪੰਜਾਬੀ ਵੀਰਾਂ ਨੂੰ ਮਾਣ ਸੀ ਵੀ ਸਾਡੇ ਦਬਾਬੇ ਦੀ ਧਰਤੀ ਤੋਂ ਕੁਝ ਨੌਜਵਾਨ ਪੈਦਾ ਹੋ ਕੇ ਜਿਹੜੇ ਅੱਜ ਵਿਦੇਸ਼ਾਂ ਦੇ ਵਿੱਚ ਆਪਣਾ ਪੂਰੇ ਵਰਲਡ 'ਚ ਨਾਂ ਚਮਕਾਈ ਬੈਠੇ ਨੇ। ਜਿਹੜੀ ਇਹ ਘਟਨਾ ਹੋਈ ਆ ਬਹੁਤ ਮੰਗੀ ਘਟਨਾ ਆ, ਮੈਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦਾ, ਆਪਾਂ ਇਲੈਕਸ਼ਨਾਂ ਦੇ ਵਿੱਚ ਟੋਟਲ ਅਸਲਾ ਜਮ੍ਹਾਂ ਕਰਾ ਲਿਆ ਸੀਗਾ, ਦੱਸੋ ਕਲੀਅਰ ਕਰੋ ਅਸਲਾ ਕਿੱਥੋਂ ਆਇਆ, ਇਹ ਅਸਲਾ ਕਿਉਂ ਆ ਕੇ ਕਿਉਂ ਤੀਜੀ ਘਟਨਾ ਇਸ ਇਲਾਕੇ ਦੇ ਵਿੱਚ ਵਰਤ ਗਈ ਆ? ਪਹਿਲਾਂ ਘਟਨਾ ਚੂੜ ਪਿੰਡ ਵਿੱਚ ਵਾਪਰੀ, ਦੂਜੀ ਘਟਨਾ ਜਾ ਕੇ ਘਵਾਲੇ ਵਾਪਰੀ ਆ, ਤੀਜੀ ਘਟਨਾ ਇੱਥੇ ਵਾਪਰੀ ਆ। ਪ੍ਰਸ਼ਾਸਨ ਇਸ ਗੱਲ ਦਾ ਜਵਾਬ ਦਿਓ, ਜੇ ਕਿਤੇ ਉਸ ਦਿਨ ਉਸ ਨੌਜਵਾਨ ਕੋਲ ਵੀ ਅਸਲਾ ਹੁੰਦਾ ਹੋ ਸਕਦਾ ਜਾਨ ਨਾ ਜਾਂਦੀ, ਆਪਣਾ ਮੁਕਾਬਲਾ ਕਰਦਾ। ਅੱਜ ਇਹ ਵੱਡੀ ਜਿਹੜੀ ਮਾੜੀ ਘਟਨਾ ਹੋਈ ਆ, ਇਹਦਾ ਜ਼ਿੰਮੇਵਾਰ ਸਿਵਲ ਤੇ ਜਿਹੜਾ ਪ੍ਰਸ਼ਾਸਨ ਆ, ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਆ। ਦੇਖੋ ਜਦੋਂ ਪ੍ਰਸ਼ਾਸਨ ਹੁਣ ਇਹਨੂੰ ਕਾਤਲ ਫੜੇ ਜਾਣਗੇ, ਬੈਰੀ ਬਾਰੀ ਹੋਊਗਾ, ਉਦੋਂ ਕਲੀਅਰ ਹੋਊਗਾ। ਅੱਜ ਤਾਂ ਸਾਡਾ ਨਿਸ਼ਾਨਾ ਜਿਹੜਾ ਪ੍ਰਸ਼ਾਸਨ ਆ ਨਾ ਉਹਦੇ ਕੋਲ। ਦੇਖੋ ਰੰਜਿਸ਼ ਦਾ ਮਤਲਬ ਇਹ ਨਹੀਂ ਵੀ ਕਿਸੇ ਨੂੰ ਗੋਲੀਆਂ ਮਾਰ ਕੇ ਮੁਕਾ ਦਿਓ, ਰੰਜਿਸ਼ ਦਾ ਮਤਲਬ ਜੇ ਤੁਹਾਡੀ ਕਿਸੇ ਨਾਲ ਕੋਈ ਲਾਗ ਡਟਿਆ, ਕਿਸੇ ਨਾਲ ਗੱਲਬਾਤ ਆ, ਗੱਲਬਾਤ ਦੇ ਤਰੀਕੇ ਨਾਲ ਹੱਲ ਹੋ ਸਕਦੇ ਆ। ਇਹ ਨਹੀਂ ਵੀ ਕਿਸੇ ਮਾਂ ਦਾ ਪੁੱਤ ਖੋਲਿਓ, ਕਿਸੇ ਔਰਤ ਦਾ ਪਤੀ ਖੋਲੋ, ਕਿਸੇ ਬੱਚਿਆਂ ਦਾ ਬਾਪ ਖੋਲੋ, ਇਹ ਨਹੀਂ ਹੋ ਸਕਦਾ ਕਦੇ ਵੀ, ਕਿਉਂਕਿ ਪੰਜਾਬ ਦੀ ਧਰਤੀ ਸੂਰਬੀਰਾਂ ਦੀ ਧਰਤੀ ਆ, ਜਿੱਥੇ ਨਹੀਂ ਮਤਲਬ ਵੱਡੇ ਵੱਡੇ ਇੰਟਰਨੈਸ਼ਨਲ ਪਲੇਅਰ ਪੈਦਾ ਕੀਤੇ ਆ, ਉੱਥੇ ਭਗਤ ਸਿੰਘ ਵਰਗੇ, ਊਧਮ ਸਿੰਘ ਵਰਗੇ, ਗਦਰੀ ਬਾਬਿਆਂ ਵਰਗੇ ਜਿਹੜੇ ਆ ਪੰਜਾਬ ਦੀ ਧਰਤੀ 'ਤੇ ਪੈਦਾ ਹੋਏ ਆ। ਕਿਉਂਕਿ ਇਹ ਜਿਹੜਾ ਅਸੀਂ ਸਮਝਦੇ ਹਾਂ, ਇਹ ਜਿਹੜਾ ਲਟੇਰਿਆਂ ਦੇ ਹੱਥ ਪ੍ਰਬੰਧ ਆਇਆ ਆ, ਲਟੇਰਿਆਂ ਦੇ ਹੱਥ ਪ੍ਰਬੰਧ ਆਉਣ ਦੇ ਨਾਲ ਹੀ ਆਹ ਜਿਹੜੇ ਸਾਡੇ ਨੌਜਵਾਨ ਆ, ਅੱਜ ਉਹ ਕੋਈ ਵਿਦੇਸ਼ੋਂ ਆ ਕੇ ਨਹੀਂ ਸੰਦੀਪ ਨੂੰ ਮਾਰ ਗਿਆ, ਉਹ ਸਾਡੇ ਭਟਕੇ ਨੌਜਵਾਨ ਆ, ਇਹਨਾਂ ਸਰਕਾਰਾਂ ਦੇ, ਇਹਨਾਂ ਰਾਜਸੀ ਪਾਰਟੀਆਂ ਦੇ ਖਰੀਦੇ ਉਹ ਬੰਦੇ ਆ ਜਿਹੜੀ ਸਾਡੇ ਸੰਦੀਪ ਦਾ ਕਤਲ ਕੀਤਾ। ਇਸ ਕਰਕੇ ਗਿਣੀ ਮਿਤੀ ਸ਼ਾਸ਼ ਦੇ ਨਾਲ ਮਤਲਬ ਇਹ ਸਾਰਾ ਕੁਛ ਹੋਇਆ, ਅਸੀਂ ਸਮਝਦੇ ਹਾਂ।
ਤੇ ਜਿੰਨਾ ਚਿਰ ਉਹਦੇ ਕਲਾ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਹੁੰਦਾ ਤੇ ਜਿੰਨਾ ਚਿਰ ਉਹਦਾ ਪਰਿਵਾਰ ਬਾਕੀ ਆ ਰਿਹਾ। ਜਿਸ ਤਰ੍ਹਾਂ ਅਸੀਂ ਜਥੇਬੰਦੀਆਂ ਵਾਲੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵਾਲੇ ਅਸੀਂ ਫੈਸਲਾ ਕਰਕੇ ਆਏ ਆ ਵੀ ਜਿੱਦਾਂ ਪ੍ਰਸ਼ਾਸਨ ਸਾਨੂੰ ਮਤਲਬ ਇਹ ਭਰੋਸਾ ਨਹੀਂ ਦਿਵਾਉਂਦਾ ਜਾਂ ਮਤਲਬ ਸੰਦੀਪ ਦੇ ਕਾਤਲਾਂ ਜਿਹੜੇ ਸਾਥੀ ਆ ਉਹਦਾ ਪਰਿਵਾਰ ਆ ਉਹਨੂੰ ਤਸੱਲੀ ਨਹੀਂ ਹੁੰਦੀ, ਉਹਨਾਂ ਚਿਰ ਅਸੀਂ ਇਹ ਲੜਾਈ ਇਹਨੂੰ ਪਿੱਛੇ ਜਿੱਦਾਂ ਅਸੀਂ ਖੇਤੀ ਕਾਨੂੰਨਾਂ ਦੀ ਲੜਾਈ ਲੜੀ ਆ ਮੋਦੀ ਦੀ ਅਸੀਂ ਤੋੜ ਚੁੱਕੇ, ਇੱਦਾਂ ਅਸੀਂ ਸੰਦੀਪ ਦੇ ਕਾਤਲਾਂ ਨੂੰ ਅੰਦਰ ਘਰਾ ਕੇ ਔਰ ਲੋਕਾਂ ਦੀ ਸੱਤ ਦੇ ਵਿੱਚ ਨੰਗਾ ਕਰਾਂਗੇ। ਇਸ ਕਰਕੇ ਜਥੇਬੰਦੀਆਂ ਟੈਕੇ ਨਹੀਂ ਬੈਠੀਆਂ, ਅੱਜ ਤੱਕ ਟੋਕਨ ਜਿਹੜੇ ਆ ਆਏ ਆ ਸਾਥੀ ਵੀ ਇਹਨਾਂ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰ ਜਿੱਦਾਂ ਦਾ ਅੱਜ ਉਹ ਪਰਿਵਾਰ ਆ ਰਹੇ ਆ ਉਹਨਾਂ ਦੇ, ਕਿਉਂਕਿ ਮਤਲਬ ਉਹਨਾਂ ਦੇ ਨਾਲ ਚੱਲਿਆ ਜਾਊਗਾ। ਇਹ ਕਮੀ ਅਸੀਂ ਪਹਿਲਾਂ ਦੱਸਿਆ ਵੀ ਜਿਹੜੀਆਂ ਰਾਜਸੀ ਪਾਰਟੀਆਂ ਜਿਹੜੀਆਂ ਮਤਲਬ 70-75 ਸਾਲਾਂ ਤੋਂ ਸਾਡੇ ਲੋਕਾਂ ਨੂੰ ਲੁੱਟ ਰਹੀਆਂ ਉੱਥੇ ਨਹੀਂ ਗੈਂਗ ਸਟਾਰ ਪੈਦਾ ਕੀਤੇ ਆ, ਗੈਂਗ ਬਾਅਦ ਪੈਰ ਕੀ ਜਿਹੜਾ ਪੈਦਾ ਕੀਤਾ, ਕਿਉਂਕਿ ਇਹ ਆਪਣੀਆਂ ਚੌਧਰਾਂ ਲੋਕਾਂ ਦੇ ਜ਼ਮੀਨਾਂ ਦੇ ਮਤਲਬ ਕਬਜ਼ੇ ਕਰਨੀ। ਇੱਦਾਂ ਅੱਜ ਕਬੱਡੀ ਜੱਗ ਦੇ ਵਿੱਚ ਅਸੀਂ ਸਮਝਦੇ ਹਾਂ ਵੀ ਜੋ ਸਾਡੀ ਸਮਝ ਆ ਵੀ ਗੈਂਗ ਬਾਰ ਇਹਦੇ ਵਿੱਚ ਵੀ ਵੜ ਚੁੱਕਾ, ਜਿਹਦੇ ਕਰਕੇ ਪਹਿਲਾਂ ਦੁੱਲੇ ਦੇ ਉੱਤੇ ਜਿਹੜਾ ਹਮਲਾ ਹੋਇਆ ਜੀ ਉਹ ਪਲੇਅਰ ਤੇ ਹੋਇਆ। ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਉੱਤੇ ਕੁਝ ਨੌਜਵਾਨਾਂ ਦੇ ਵੱਲੋਂ ਹਮਲਾ ਕਰਕੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਅੱਜ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ, ਉਹਨਾਂ ਦੇ ਪ੍ਰਸ਼ੰਸਕਾਂ ਦੇ ਵੱਲੋਂ ਜਾਂ ਜਿਹੜੇ ਉਹਨਾਂ ਦੇ ਚੋਣ ਵਾਲੇ ਸੱਜਣ ਮਿੱਤਰ ਨੇ ਉਹਨਾਂ ਦੇ ਵੱਲੋਂ ਅੱਜ ਨਕੋਦਰ ਦੇ ਸਰਕਾਰੀ ਹਸਪੀਟਲ ਦੇ ਬਾਹਰ ਧਰਨਾ ਸ਼ਾਂਤ ਬੜੇ ਸ਼ਾਂਤਮਈ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਕਿ ਜਿੰਨਾ ਦੇਰ ਤੱਕ ਉਹ ਜਿਹੜੇ ਨੌਜਵਾਨ ਨੇ ਜਿਨ੍ਹਾਂ ਨੇ ਗੋਲੀਆਂ ਦੇ ਨਾਲ ਸੰਦੀਪ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ, ਉਨੀ ਦੇਰ ਤੱਕ ਨਕੋਦਰ ਦੇ ਵਿੱਚ ਜਿਹੜਾ ਧਰਨਾ ਪ੍ਰਦਰਸ਼ਨ ਆ ਉਹ ਜਾਰੀ ਰਹੂਗਾ। ਅਤੇ ਪਰਿਵਾਰ ਨੂੰ ਪੂਰੀ ਆਸ ਆ ਕਿ ਜਿਹੜੇ ਪ੍ਰਸ਼ਾਸਨ ਦੇ ਜਿਹੜੇ ਨੁਮਾਇੰਦੇ ਨੇ ਉਹ ਜਲਦ ਤੋਂ ਜਲਦ ਉਹਨਾਂ ਨੂੰ ਨੱਥ ਪਾਉਣ ਦੇ ਵਿੱਚ ਕਾਮਯਾਬ ਰਹਿਣਗੇ। ਕੈਮਰਾ ਪਰਸਨ ਗੌਤਮ ਦੇ ਨਾਲ ਲਵਲੀ ਕੁਮਾਰ, ਸਾਈ ਟੀਵੀ, ਨਕੋਦਰ। ਫਗਵਾੜਾ ਦੇ ਵਿੱਚ ਆਸ਼ੂ ਦੀ ਹੱਟੀ ਦਾ ਖੁੱਲ੍ਹਾ ਚੈਲੰਜ, ਜਿੱਥੋਂ ਤੁਹਾਨੂੰ ਮਿਲਣਗੇ ਸ਼ਹਿਰ ਵਿੱਚ ਸਭ ਤੋਂ ਸਸਤੇ ਰੇਟ ਤੇ ਸੂਟ, ਲਹਿੰਗੇ, ਸਾੜੀਆਂ ਤੇ ਪਲਾਜ਼ੋ। ਆਸ਼ੂ ਦੀ ਹੱਟੀ ਦਾ ਇੱਕ ਹੀ ਵਾਅਦਾ, ਤੁਹਾਨੂੰ ਮਿਲਣਗੇ ਵਧੀਆ ਕੁਆਲਿਟੀ ਦੇ ਕੱਪੜੇ, ਪਰ ਰੇਟ ਨਹੀਂ ਹੋਵੇਗਾ ਜ਼ਿਆਦਾ। ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਆਸ਼ੂ ਦੀ ਹੱਟੀ, ਓਪੋਜ਼ਿਟ ਬੱਸ ਸਟੈਂਡ, ਫਗਵਾੜਾ।